ਜਿੰਦਾ ਵੈਦਵਾਨ ਉਹ ਚੇਚੇ ਤੌਰ ਤੇ ਪੁੱਜਿਆ ਹਾਰਦਿਕ ਸਵਾਗਤ ਨਿੱਕੀ ਜੀਆ ਨੂੰ ਬੜਾ ਪਿਆਰ ਹੈ ਕਹਿੰਦੇ ਉਧਰ ਜੱਸੇ ਪੱਟੀ ਦੇ ਨਾਲ ਹਰ ਜਗ੍ਹਾ ਤੇ ਪੁੱਜਦੇ ਆ ਧੰਨਵਾਦ ਕਰਦੇ ਆ ਨਿੱਕੀ ਜੀਆ ਨੂੰ ਪਰਮਜੀਤ ਸਿੰਘ ਪੰਮੀ ਵੀਰ ਹੁਣੋਂ ਵੱਲੋਂ ਕਹਿੰਦੇ ਜਿਹੜਾ ਵੀ ਮੱਲ ਜਿੱਤੇਗਾ 2000 ਦੇ ਮਾਣ ਐਕਸਟਰਾ ਕੀਤੇ ਜਾਣੇ ਆ ਅਲੱਗ ਤੋਂ ਕੀਤੇ ਜਾਣੇ ਆ ਬੜਾ ਧੰਨਵਾਦ ਹੈ ਵੀਰ ਦਾ ਖਰੜ ਸਬਜ਼ੀ ਮੰਡੀ ਦੇ ਪ੍ਰਧਾਨ ਬੜਾ ਧੰਨਵਾਦ ਹੈ ਸਾਡੇ ਦਰਮਿਆਨ ਪੁੱਜੇ ਹੈ ਬਹੁਤ ਬਹੁਤ ਧੰਨਵਾਦ ਪ੍ਰਭਾਤ ਹੈ ਵੱਧ ਤੋਂ ਵੱਧ ਮਾਣ ਸਨਮਾਨ ਉਧਰੋਂ ਕਹਿੰਦੇ ਕਰਮ ਦੋਜੀ ਹੋਣਾ ਦਾ ਵੱਡਾ ਮਾਣ ਸਨਮਾਨ ਦੁਨੀਆ ਦੇ ਰੁਸਤਮ ਮੱਲ ਤੁਹਾਡੇ ਸਨਮੁਖ ਹੈ ਐਨ ਕਹਾਣੀ ਆਰ ਪਾਰ ਲੱਗਣੀ ਹੈ ਸਵਾਦ ਵਜਣਾ ਹੈ ਤਾਂ ਵਜਣੀ ਹੈ ਤਕਨੀਕ ਵਰਤ ਹੋਣੀ ਹੈ ਜੇ ਮੱਲਾਂ ਨੂੰ ਦੇਖ ਕੇ ਭੁੱਖ ਲੈਂਦੀ ਹੈ ਇੱਕ ਵਾਰੀ ਤਾੜੀ ਮਾਰੋ ਮਿੱਤਰੋ ਸਵਾਦ ਵਜੂਗਾ ਸਵਾਦ ਵਜੂਗਾ ਐਨ ਗੱਲ ਕਹਾਣੀ ਆਉਣੀ ਹੈ ਉਧਰ ਬਹੁਤ ਹੀ ਸਤਿਕਾਰਯੋਗ ਸਾਡਾ ਵੀਰ ਭਾਈ ਬਿੰਦਾ ਵੈਦਵਾਨ ਪੁੱਜਿਆ ਹੋਇਆ ਦਰਸ਼ਕ ਵੀਰੋ ਵੈਦਵਾਨ ਪਰਿਵਾਰ ਦੇ ਵੱਲੋਂ ਵੱਡਾ ਕੁਸ਼ਤੀ ਦੰਗਲ ਵੀ ਕਰਵਾਇਆ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਜਿੱਤਣ ਵਾਲੇ ਪਹਿਲਵਾਨ ਦੇ ਲਈ 2000 ਪੁੱਜ ਗਿਆ ਇੱਕ ਵਾਰ ਭਾਈ ਬਿੰਦੇ ਵੈਦਵਾਨ ਦੇ ਨਾਂ ਤੇ ਵੀ ਜ਼ੋਰਦਾਰ ਤਾੜੀ ਮਾਰਦੇ ਬਣਾ ਕੇ ਬਹੁਤ ਬਹੁਤ ਧੰਨਵਾਦ ਹੈ ਬੜਾ ਪਿਆਰ ਹੈ ਕਹਿੰਦੇ ਉੱਥੇ ਦੋਨੋਂ ਕਮੈਂਟਰਾਂ ਦੇ ਲਈ 200 ਰੁਪਏ ਦੇ ਵੱਡੇ ਮਾਨ ਸਨਮਾਨ ਪੁੱਜਦੇ ਕੀਤੇ ਹੈ ਤੇ ਚੱਲਦੀ ਹੋਈ ਕੁਸ਼ਤੀ ਵੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਇਹਨਾਂ ਨੌਜਵਾਨਾਂ ਦਰਮਿਆਨ ਇੱਕ ਪਾਸੇ ਜੱਸਾ ਪੱਟੀ ਹੈ ਤੇ ਦੂਸਰੇ ਪਾਸੇ ਮੱਲ ਹੈ ਬਿਕਰਮ ਕੋਟੀਆ ਜੇਕਰ ਜੱਸੇ ਪੱਟੀ ਦੀ ਗੱਲ ਕਰੀਏ ਦਰਸ਼ਕ ਵੀਰੋ ਤੇ ਇਸ ਮੱਲ ਨੇ 35 ਤੋਂ 40 ਦੇ ਵਿੱਚ ਤਾਂ ਜਿਹੜੇ ਬੁਲਟ ਮੋਟਰਸਾਈਕਲ ਜਿੱਤੇ ਹੈ 35 ਤੋਂ 40 ਦੇ ਵਿੱਚ ਤਾਂ ਜਿਹੜੇ ਬੁਲਟ ਮੋਟਰਸਾਈਕਲ ਜਿੱਤੇ ਹੈ ਤੇ 100 ਦੇ ਕਰੀਬ ਇਸ ਮੱਲ ਨੇ ਸਿੰਪਲ ਮੋਟਰਸਾਈਕਲ ਜਿੱਤੇ ਜਿਹੜੇ ਆਮ ਮੋਟਰਸਾਈਕਲ ਹੁੰਦੇ ਹੈ ਤੇ ਨਾਲੇ ਗੱਲ ਕਰੀਏ ਬਈ 7 ਜਿਹੜੀਆਂ ਅਲਟੋ ਗੱਡੀਆਂ ਜਿੱਤੀਆਂ ਤੇ 3-4 ਟਰੈਕਟਰ ਜਿੱਤੇ ਹੈ ਤੇ ਬਾਕੀ ਹੋਰ ਇਨਾਮਾਂ ਦੀ ਝੋਟੀਆਂ ਦੀ ਤੇ ਕੈਸ਼ ਦੀ ਤਾਂ ਕੋਈ ਗੱਲ ਹੀ ਵੱਖਰੀ ਹੈ ਇੱਕ ਵਾਰ ਵੱਡਾ ਮਾਲਾ ਇੱਕ ਵਾਰ ਖਿੱਲ ਕੇ ਤਾੜੀ ਮਾਰ ਦਿਓ ਜ਼ੋਰਦਾਰ ਇਸ ਮੱਲ ਦੇ ਨਾਂ ਤੇ ਕਿਉਂਕਿ ਪਹਿਲੀ ਵਾਰ ਇਸ ਏਰੀਏ ਦੇ ਵਿੱਚ ਪੁੱਜਿਆ ਕੱਲ ਵੀ ਸਿਰੇ ਦੀ ਕੁਸ਼ਤੀ ਹੋਈ ਹੈ ਰੋਜੀ ਕਪੂਰਥਲੇ ਨੂੰ ਜਿੱਤ ਕੀਤਾ ਗੁਰਦਾਸਪੁਰ ਦੇ ਲਾਗੇ ਇਸ ਮੱਲ ਨੇ ਤੇ ਦੂਸਰੇ ਪਾਸੇ ਇਹ ਆ ਪਹਿਲਵਾਨ ਬਿਕਰਮ ਕੋਟੀਆ ਹਿੰਦੁਸਤਾਨ ਦੇ ਰੁਸਤਮ ਮੱਲਾਂ ਨੂੰ ਟੱਕਰਾਂ ਦਿੱਤੀਆਂ ਭਾਵੇਂ ਗੱਲ ਕਮਲਜੀਤ ਡੂਮਸ਼ੇੜੀ ਦੀ ਹੋਵੇ ਭਾਵੇਂ ਗੱਲ ਰੂਬਲ ਜੀ ਦੀ ਹੋਵੇ ਭਾਵੇਂ ਗੱਲ ਜੱਸੇ ਪੱਟੀ ਦੀ ਹੋਵੇ ਭਾਵੇਂ ਬਿਨੀਏ ਦੀ ਗੱਲ ਹੋਵੇ ਐਨ ਸਟਾਰ ਮੱਲਾਂ ਦੇ ਨਾਲ ਕੁਸ਼ਤੀਆਂ ਲੜੀਆਂ ਬਿਕਰਮ ਕੋਟੀਏ ਨੇ ਉਧਰੋਂ ਬੜਾ ਧੰਨਵਾਦ ਬਿੰਦੇ ਵੈਦਵਾਨ ਵੀਰ ਦਾ ਕਹਿੰਦੇ ਵੱਡੇ ਮਾਣ ਸਨਮਾਨ ਕੀਤੇ ਹੈ ਵੱਡੇ ਕਹਿੰਦੇ ਦੰਗਲ ਕਰਾਉਂਦੇ ਨੇ ਬੜਾ ਧੰਨਵਾਦ ਐਨ ਚੱਲ ਕੇ ਇੱਕ ਇੱਕ ਕਦਮ ਜਿਹੜਾ ਸਿਰ ਮੱਥੇ ਹੈ ਉਧਰ ਦੁਨੀਆ ਦੇ ਰੁਸਤਮ ਅੱਜ ਸਨਮੁਖ ਨੇ ਪਿੰਡ ਗੜੋਲੀਆਂ ਦੀ ਧਰਤੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਮੋਹਾਲੀ ਐਨ ਬਾਰਡਰ ਤੇ ਗੱਲਾਂ ਆਰ ਪਾਰ ਦੀਆਂ ਹੋਣਗੀਆਂ ਛੋਟੇ ਬਹਿ ਜਾ ਥੱਲੇ ਥੱਲੇ ਬਹਿ ਜਾ ਉਧਰੋਂ ਹੈਪੀ ਬਾਈ ਡਿਮਾਂਡ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਵਾਲਾ ਸ਼ੇਰ ਦੁਬਾਰਾ ਸੁਣਾ ਦੇ ਜੀ ਮੈਂ ਕਿਹਾ ਗੱਲ ਹੀ ਕੋਈ ਨਹੀਂ ਸੁਣ ਫਿਰ ਕਿ ਗੁਰੂ ਨਾਨਕ ਸਾਹਿਬ ਨੇ ਮਿਹਰ ਸਿੱਖ ਕੌਮ ਤੇ ਕਰਤੀ ਹੈ ਆ ਦੁਨੀਆ ਤੋਂ ਪੁੱਤਾ ਨਹੀਂ ਹਿੱਲਦਾ ਉਹਨਾਂ ਹਾਲਾਤ ਦੀ ਧਰਤੀ ਹੈ ਜੰਦਾ ਖਾਲਸੇ ਦਾ ਇੰਡੋ ਪਾਕ ਬਾਰਡਰ ਤੇ ਝੁੱਲ ਗਿਆ ਏ ਆ ਵਧਾਈਆਂ ਮਿੱਤਰੋ ਤੁਹਾਨੂੰ ਕਰਤਾਰਪੁਰ ਵਾਲਾ ਕੋਰੀਡੋਰ ਖੁੱਲ ਗਿਆ ਏ ਇੱਕ ਵਾਰੀ ਤਾੜੀ ਮਾਰ ਦਿਓ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਵਾਹ ਵਾਹ ਨਹੀਂ ਉਰੀਸਾ ਨਹੀਂ ਉਰੀਸਾ ਉਹਦਰ 2000 ਪੰਮੀ ਬਾਈ ਦੇ ਵੱਲੋਂ ਪੁੱਜਦਾ ਹੋ ਗਿਆ ਤੇ 2000 ਵੈਦਵਾਨ ਪਰਿਵਾਰ ਦੇ ਵੱਲੋਂ ਬਾਈ ਬਿੰਦਾ ਪੁੱਜਿਆ ਹੋਇਆ ਉਹਨਾਂ ਦੇ ਵੱਲੋਂ ਪੁੱਜਦਾ ਹੋ ਗਿਆ ਬਾਕੀ 4000 ਰੁਪਇਆ ਕੁਸ਼ਤੀ ਦੇ ਉੱਪਰ ਲੱਗਿਆ ਹੋਇਆ ਇਸ ਸਮੇਂ ਆ ਸਟਾਰ ਮੱਲ ਕੁਸ਼ਤੀ ਲੜਦੇ ਹੈ ਉਧਰ ਬਹੁਤ ਹੀ ਸਤਿਕਾਰਯੋਗ ਸਾਡਾ ਵੀਰ ਬਾਈ ਹਰਵਿੰਦਰ ਰਾਮਪੁਰ ਵੀ ਜੱਸੇ ਪੱਟੀ ਦੇ ਲਈ ਬੜਾ ਵਧੀਆ ਲਿਖਦਾ ਹੈ ਜਿਹਨੇ ਬੜੀਆਂ ਵਧੀਆ ਗੱਲਾਂ ਲਿਖੀਆਂ ਹੈ ਕਿ ਪਿੰਡ ਚੂਸਲੇ ਵੱਡ ਜੰਮਿਆ ਮਾਂ ਪ੍ਰਵਿੰਦਰ ਕੌਰ ਦੀ ਅੱਖ ਦਾ ਤਾਰਾ ਪੁੱਤ ਸ਼ਿੰਦੇ ਪੱਟੀ ਦਾ ਜਿਸ ਨੂੰ ਜੱਗ ਜਾਣਦਾ ਸਾਰਾ ਉਹ ਜੁੱਸਾ ਕੈਮ ਬਣਾਇਆ ਜੱਟ ਨੇ ਬੋਲਣ ਹੋਣ ਜੋ ਕਲਹਾੜੀ ਦੇ ਜਿਵੇਂ ਬੱਟ ਨੇ ਵਾਕੇ ਸ਼ਾਨਦਾਰ ਮੁਕਾਬਲਾ ਇਹਨਾਂ ਪਹਿਲਵਾਨਾਂ ਦਰਮਿਆਨ ਚੱਲਦਾ ਹੋਇਆ ਬੜੀਆਂ ਵਧੀਆ ਗੱਲਾਂ ਜਿਹੜਾ ਭਾਈ ਹਰਵਿੰਦਰ ਲਿਖਦਾ ਹੈ ਸੋਹਣਿਆ ਆਗਾਜ਼ ਐਨ ਕੁਸ਼ਤੀ ਦਾ ਬੱਲੇ ਬੱਲੇ ਹੋਈ ਪਈ ਹੈ ਉਧਰੋਂ ਐਲਾਨ ਹੋਇਆ ਕਿ 2000 ਰੁਪਇਆ ਕਮੇਟੀ ਵੱਲੋਂ ਜਿੱਤਣ ਵਾਲੇ ਮੱਲ ਨੂੰ ਐਕਸਟਰਾ ਦੇਣਾ ਮਾਰੋ ਤਾੜੀਆਂ ਕਹਿੰਦਾ ਪੈਸਿਆਂ ਦਾ ਹੜ ਆ ਗਿਆ
ਪੈਸਿਆਂ ਦਾ ਹੜ ਆ ਗਿਆ ਹੈ ਕਿ ਜਾਂਗੀਏ ਲੱਗੇ ਰੰਗ ਬਰੰਗੇ ਆ ਪੱਟਾਂ ਚ ਪੂਰੀ ਜਾਨ ਹੈ ਆ ਤਾਂ ਹੀ ਦੰਗਲ ਕਮੇਟੀਆਂ ਕਲੱਬ ਕਰਦੇ ਇਹਨਾਂ ਦਾ ਮਾਨ ਸਨਮਾਨ ਹੈ ਕੋਈ ਮਾਰ ਕੁੰਡਾ ਲਾ ਧੋਬੀ ਕਰਦਾ ਅਗਲੇ ਨੂੰ ਚਿੱਤ ਕੋਈ ਕਰਦਾ ਮਿਹਨਤ ਦੱਬ ਕੇ ਲੈਣੇ ਨੇ ਪੱਟੇ ਅਵਾਰਡ ਮਿੱਥ ਆ ਚੰਗੇ ਇਨਸਾਨਾਂ ਚ ਵਿਚਰ ਕੇ ਚੰਗੇ ਇਨਸਾਨ ਕਹਾਉਂਦੇ ਨੇ ਆ ਚੀਮੇ ਦੇ ਮਲ ਤਾਰੀ ਬਣਾ ਕੇ ਜ਼ੋਰਦਾਰ ਆ ਜੱਸਾ ਪੱਟੀ ਐ ਸਮੇਂ ਉੱਪਰਲੇ ਪਾਸੇ ਹੈ ਚਿੱਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਕਿ ਇੱਕ ਵਾਰ ਤਾਂ ਮੌਤ ਵੀ ਕੰਬ ਜਾਂਦੀ ਕਿ ਇੱਕ ਵਾਰ ਤਾਂ ਮੌਤ ਵੀ ਕੰਬ ਜਾਂਦੀ ਖੜਾ ਵੇਖ ਕੇ ਸਿੰਘ ਸਰਦਾਰ ਮੂਰੇ ਉਹ ਵੱਡੇ ਵੱਡੇ ਜਾਲਮ ਵੀ ਢੇਰ ਹੋ ਗਏ ਸਾਡੀ ਚਮਕਦੀ ਤੇਜ ਤਲਵਾਰ ਮੂਰੇ ਅਣਖਾਂ ਨਾਲ ਹੈ ਜਾਉਣਾ ਸੁਭਾਅ ਸਾਡਾ ਉਹ ਸਿੰਘ ਚੁੱਕਦੇ ਨੀ ਕਿਸੇ ਕਰਦਾਰ ਮੂਰੇ ਕਿ ਤਖਤਾਂ ਤਾਜਾਂ ਦਾ ਭਾਵੇਂ ਮਾਣ ਵੱਡਾ ਸਿੱਕੇ ਪੈਂਦੇ ਨੇ ਸਾਡੀ ਦਸਤਾਰ ਮੂਰੇ ਕਿ ਤਖਤਾਂ ਤਾਜਾਂ ਦਾ ਭਾਵੇਂ ਮਾਣ ਵੱਡਾ ਸਿੱਕੇ ਪੈਂਦੇ ਨੇ ਸਾਡੀ ਦਸਤਾਰ ਮੂਰੇ ਇੱਕ ਵਾਰ ਆ ਸਿੱਖ ਸਰਦਾਰ ਦੀ ਸਰਦਾਰੀ ਵਾਸਤੇ ਤਾੜੀ ਮਾਰ ਦੇ ਬਣਾ ਕੇ ਜੁੜਦਾ ਵੱਡਾ ਨਾਮ ਹੈ ਕਹਿੰਦੇ ਪਹਿਲਵਾਨੀ ਦੇ ਖੇਤਰ ਦੇ ਵਿੱਚ ਜੇ ਗੱਲ ਕਰੀਏ ਬਈ ਹਰ ਪੀੜਤਾਂ ਦੇ ਲਈ ਵੀ ਵੱਡਾ ਸਹਿਯੋਗ ਦਿੱਤਾ ਜੱਸੇ ਪੱਟੀ ਨੇ ਗੈਰ ਮਜ਼ਾਰੀ ਦੰਗਲ ਦੇ ਵਿੱਚ ਜਿੱਤਣ ਵਾਲੇ ਪਹਿਲਵਾਨ ਦੇ ਲਈ ਬੁਲਟ ਮੋਟਰਸਾਈਕਲ ਰੱਖਿਆ ਸੀ ਤੇ ਇਸ ਮੱਲ ਨੇ ਐਲਾਨ ਕਰਤਾ ਦੋ ਤਿੰਨ ਦਿਨ ਪਹਿਲਾਂ ਦੰਗਲ ਤੋਂ ਵੀ ਜਿੰਨਾ ਵੀ ਇਨਾਮ ਪੱਟੀ ਖਾੜੇ ਨੂੰ ਮਿਲੇਗਾ ਉਹ ਹਰ ਪੀੜਤਾਂ ਦੇ ਲਈ ਪੁੱਜਦਾ ਕੀਤਾ ਜਾਵੇਗਾ ਤੇ ਡੇਢ ਲੱਖ ਦੇ ਕਰੀਬ ਮੇਰੇ ਖਿਆਲ ਸਵਾ ਲੱਖ ਦੇ ਕਰੀਬ ਬੁਲਟ ਮੋਟਰਸਾਈਕਲ ਦੀ ਤੇ 15-20 ਹਜ਼ਾਰ ਦਾ ਗੇੜਾ ਲੱਗਿਆ ਹੋਣਾ ਉਸ ਤੋਂ ਇਲਾਵਾ 35,000 ਰੁਪਇਆ ਜਿਹੜਾ ਮੁੰਡਿਆਂ ਨੂੰ ਬਾਕੀ ਨੂੰ ਵੀ ਦਿੱਤਾ ਹੋਣਾ ਤਕਰੀਬਨ 1.5 ਲੱਖ ਤੋਂ ਪਲੱਸ ਜਿਹੜਾ ਰੁਪਇਆ ਹਰ ਪੀੜਤਾਂ ਦੇ ਲਈ ਦਿੱਤਾ ਇਸ ਨੌਜਵਾਨ ਨੇ ਸੋ ਵੱਡਾ ਮਾਲਾ ਤੇ ਵੱਡੀਆਂ ਗੱਲਾਂ ਇਸ ਨੌਜਵਾਨ ਦੀਆਂ ਤੇ ਦੂਸਰੇ ਪਾਸੇ ਵੀ ਵਿਕਰਮ ਕੋਟੀਆ ਵਾਤਾਂ ਸਮੇਂਦੀਆਂ ਹੋਣੀਆਂ ਕਿ ਕੌਣ ਜਿੱਤੇਗਾ ਕੌਣ ਹਰੇਗਾ ਇਹਨਾਂ ਨੌਜਵਾਨਾਂ ਦਰਮਿਆਨ ਚੱਲਦੀ ਹੋਈ ਕੁਸ਼ਤੀ ਇਹਨਾਂ ਬੱਬਰ ਸ਼ੇਰਾਂ ਦਰਮਿਆਨ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾਂ ਰੰਗ ਰੂਪ ਤੇ ਜੋਰ ਜਵਾਨੀ ਲੋਕੀ ਕਰਨ ਤਰੀਫਾਂ ਹੁੰਦੀ ਖੇਡ ਕੁਸ਼ਤੀ ਦੀ ਗੱਲ ਉੱਡਦੀ ਤੂੜ ਸਮਾਨੀ ਕਿ ਪੁੱਟੇ ਵਾਲਿਆ ਜੋਰ ਲੱਗਦਾ ਆ ਲੱਗਦਾ ਚੜੀ ਜਵਾਨੀ ਕਿ ਪੁੱਟੇ ਵਾਲਿਆ ਜ਼ੋਰ ਲੱਗਦਾ ਚੜੀ ਜਵਾਨੀ ਤੇ 4,000 ਰੁਪਇਆ ਜਿਹੜਾ ਜੇਤੂ ਪਹਿਲਵਾਨ ਨੂੰ ਦਿੱਤਾ ਜਾਣਾ ਜਿਹੜਾ ਉੱਪਰ ਲੱਗਿਆ ਇਹ ਵੀ ਨੋਟ ਕਰ ਲਓ 4,000 ਰੁਪਇਆ ਲੱਗਿਆ ਹੋਇਆ ਹੈ ਤੇ ਪੈਸੇ ਨਾਲ ਦੀ ਨਾਲ ਜਿਵੇਂ ਫੜੀ ਜਾਈ ਜਿਹਨਾਂ ਸੰਗਤਾਂ ਤੋਂ ਪੈਸੇ ਲੱਗ ਰਹੇ ਆ ਬਹੁਤ ਬਹੁਤ ਧੰਨਵਾਦ ਹੈ ਮਿੱਤਰੋ ਉਧਰੋਂ ਪੰਮੀ ਬਾਈ ਨੇ 2,000 ਤੇ ਉਧਰੋਂ ਪ੍ਰਬੰਧਕ ਕਮੇਟੀ ਵੱਲੋਂ 2,000 ਕੇ ਟੋਟਲ 4,000 ਦਾ ਸਵਾਦ ਲੱਗਿਆ ਪਿਆ ਐਨ ਕਿਰਪਾ ਹੋਈ ਕਿਸੇ ਸਾਧੀ ਜਾਂ ਬਚਨ ਹੋਏ ਕਿਸੇ ਫਕਰ ਦੇ ਆ ਤਾਂ ਹੀ ਵਿੱਚ ਖੜੇ ਦੇ ਦੇਖ ਜੀਮਿਆ ਮੱਲ ਟੌਪ ਦੀ ਨੇ ਟੱਕਰ ਦੇ ਆਲੇ ਦੁਆਲੇ ਦੀਆਂ ਛਿੰਝਾਂ ਨੂੰ ਚੈਲੰਜ ਦਵਾ ਗਈ ਹੈ ਆ ਹਰਖੇ ਹੋਏ ਸਾਨਾ ਦੇ ਇਹ ਭੇੜ ਕਰਾ ਗਈ ਹੈ ਆ ਗੜੋਲੀਆਂ ਪਿੰਡ ਦੀ ਛਿੰਝ ਮਿੱਤਰੋ ਅੱਤ ਕਰਾ ਗਈ ਹੈ ਇੱਕ ਵਾਰੀ ਤਾੜੀ ਜ਼ਰੂਰ ਮਾਰਿਓ ਨਹੀਂ ਉੜੀਸਾ ਨਹੀਂ ਉੜੀਸਾ ਸ਼ਾਨਦਾਰ ਮੁਕਾਬਲਾ ਚੱਲਦਾ ਹੋਇਆ ਵਿਕਰਮ ਕੋਟੀਆ ਨਿਚਲੇ ਪਾਸੇ ਹੈ ਤੇ ਜੱਸਾ ਪੱਟੀ ਆ ਸਮੇਂ ਉੱਪਰਲੇ ਪਾਸੇ ਹੈ ਵਾਤਾਂ ਸਮੇਂ ਦੀਆਂ ਹੋਣੀਆਂ ਕਿ ਕੌਣ ਜਿੱਤੇਗਾ ਕੌਣ ਹਰੇਗਾ ਕਿ ਮਾਰੀ ਜਦੋਂ ਥਾਪੀ ਸਾਰਾ ਹੀ ਪੰਡਾਲ ਗੂੰਜਿਆ ਉਹ ਚੋਪਰ ਨੇ ਮੱਥੇ ਤੋਂ ਪਸੀਨਾ ਪੂੰਜਿਆ ਕਿ ਚੱਲ ਸੇਰਾ ਬਾਹਰੋਂ ਰੇ ਜਗਦੀਪ ਸਿੰਘ ਸਮਰਾਓ ਗੁਰਪ੍ਰੀਤ ਸਿੰਘ ਸਮਰਾਓ ਤੇ ਗੁਰਜੀਤ ਸਿੰਘ ਸਮਰਾਓ ਤੇ ਸਰਦਾਰ ਜਸਵੀਰ ਸਿੰਘ ਸਰਪੰਚ ਵੱਡੇ ਧੰਨਵਾਦ ਨੇ ਕਿਉਂਕਿ ਵੱਡੇ ਮੱਲ ਅੱਜ ਇਹਨਾਂ ਦੀ ਬਦੌਲਤ ਅੱਜ ਅਖਾੜਿਆਂ ਦੇ ਵਿੱਚ ਖੜੇ ਨੇ ਇੱਕ ਵਾਰੀ ਪ੍ਰਬੰਧਕ ਕਮੇਟੀ ਦੇ ਨਾਂ ਤੇ ਤਾੜੀ ਬਣਦੀ ਹੈ ਕਿ ਨਹੀਂ ਚੱਲਦੀ ਹੋਈ ਕੁਸ਼ਤੀ ਤੇ ਇਸ ਸਮੇਂ ਚਿੱਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਜੱਸਾ ਪਹਿਲਵਾਨ ਪੱਟੀ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਦੀਪਾ ਬਾਬਾ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹਨਾਂ ਨੇ ਜੋੜਾ ਮਿਲਾਉਣ ਦੀ ਸੇਵਾ ਨਿਭਾਈ ਹੈ ਸੋਹੀ ਪਹਿਲਵਾਨ ਜੀ ਰੋਣੀ ਉਹਨਾਂ ਦਾ ਵੀ ਧੰਨਵਾਦ ਨਾਲੇ ਲਾਡੀ ਪਹਿਲਵਾਨ ਜੀ ਬਿੱਲੂ ਪਹਿਲਵਾਨ ਜੀ ਖੂਨੀ ਮਾਜਰਾ ਸਾਰਿਆਂ ਦਾ ਧੰਨਵਾਦ ਕਰਦੇ ਹੈ ਤੇ ਚੱਲਦਾ ਹੋਇਆ ਮੁਕਾਬਲਾ ਕਿ ਨਾ ਧੁੱਪਾਂ ਦੇ ਵਿੱਚ ਸੜਦੇ ਹੈ ਨਾ ਵਿੱਚ ਸਿਆਲਾ ਠਰਦੇ ਹੈ ਜਦ ਪਾਠੀ ਬੋਲੇ ਤੜਕੇ ਨੂੰ ਜੀ ਤੋੜ ਮਿਹਨਤਾਂ ਕਰਦੇ ਹੈ ਕਿ ਪੱਟਾਂ ਦੇ ਨਾਲ ਪੱਟ ਨਹੀਂ ਖੈਂਦੇ ਨਾਲੇ ਡੌਲੇ ਹਾਮੀ ਭਰਦੇ ਹੈ ਦਾ ਕਿਹੜੇ ਕਿਹੜੇ ਕੁਸ਼ਤੀ ਦੇ ਉਸਤਾਦਾਂ ਕੋਲੋਂ ਪੜ੍ਹਦੇ ਆ ਸੁਣ ਸੋਨੂੰ ਕਿਰਲਗੜ ਵਾਲਿਆ ਓਏ ਆ ਪੰਜਾਬ ਦੇ ਸੂਰਜ ਚੜ੍ਹਦੇ ਆ ਸੁਣ ਸੋਨੂੰ ਕਿਰਲਗੜ ਵਾਲਿਆ ਓਏ
ਆ ਪੰਜਾਬ ਦੇ ਸੂਰਜ ਚੜ੍ਹਦੇ ਹੈ। ਬਈ ਦਰਸ਼ਕ ਵੀਰੋ ਇੱਕ ਵਾਰ ਚੜ੍ਹਦੇ ਸੂਰਜਾਂ ਦੇ ਨਾਲ ਤੇ ਤਾੜੀ ਮਾਰਦੇ ਬਣਾ ਕੇ ਜ਼ੋਰਦਾਰ ਜਿਹਾ ਸਵਾਦ ਆਉਂਦਾ। ਵਾਹ ਜੀ ਵਾਹ, ਪੂਰਾ ਸਵਾਦ ਵੱਜਿਆ ਪਿਆ ਕਿ ਫੁੱਲ ਸਵਾਦ ਆਉਂਦਾ ਟੰਗੀਲਾ ਮੱਲ ਪਿੱਠ ਤੇ ਆਉਂਦਾ ਏ, ਰੱਖ ਗਰਦਨ ਤੇ ਗੋਡਾ, ਦੂਜੇ ਮਨ ਨੂੰ ਪੁੱਠਾ ਸਮਾਨ ਦਿਖਾਉਂਦਾ ਏ। ਔਰ ਰੱਬ ਦੇ ਬੰਦੇ ਦਾਨ ਕਰ ਹੇਕਾ ਭਲਵਾਨਾਂ ਦੀਆਂ ਠਾਰਦੇ ਨੇ, ਜਦ ਵੱਜਦਾ ਧੋਬੀ ਪਟਕਾ ਲੋਕ ਫਿਰ ਤਾੜੀਆਂ ਮਾਰਦੇ ਨੇ, ਜਦ ਵੱਜਦਾ ਧੋਬੀ ਪਟਕਾ ਲੋਕ ਫਿਰ ਮਾਰਦੇ ਤਾੜੀਆਂ ਜ਼ੋਰਦਾਰ ਇੱਕ ਵਾਰੀ। ਬਈ ਅੱਜ ਦਾ ਸਵਾਦ ਜਿਹੜਾ ਤੁਹਾਡੇ ਬੱਲੇ ਕਰਵਾਈ ਪਈ ਹੈ, ਉਧਰ ਹੈਪੀ ਵੀ ਦਾ ਵਿਸ਼ੇਸ਼ ਉੱਥੇ ਬੇਲਾ ਬਾਈ ਮਾਰਗਪੁਰ ਉਹਨਾਂ ਦੇ ਵੱਲੋਂ 1100 ਤੇ ਜਿਹੜਾ ਮਾਨ ਸਨਮਾਨ ਕਰਦੇ ਤੇ ਫੱਟੇ ਮਾਨ ਸਨਮਾਨ ਵਾਹ ਜੀ ਵਾਹ। ਉਧਰ ਹੈਪੀ ਬਾਈ ਉਧਰ ਹੈਪੀ ਬਾਈ ਉਹਨਾਂ ਦੇ ਵੱਲੋਂ ਵੀ 200 ਬੜਾ ਵੱਡਾ ਮਾਨ ਮਿਲਿਆ ਨਹੀਂ ਹੋਇਆ। ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਬਾਈ ਨੇ ਬੜੇ ਵੱਡੇ ਮੱਲਾਂ ਨੂੰ ਬੇਲਾ ਬਾਈ ਸਨਮਾਨ ਦਿੱਤਾ ਉਹਨਾਂ ਵੱਲੋਂ ਇਸ ਦੰਦ ਦੇ ਲਈ। ਬਹੁਤ ਬਹੁਤ ਧੰਨਵਾਦ, 1100 ਰੁਪਇਆ ਵੱਡੇ ਮਾਨ ਸਨਮਾਨ ਪੁੱਜੇ ਹੋਏ, ਬਹੁਤ ਬਹੁਤ ਧੰਨਵਾਦ ਹੈ। ਧੰਨਵਾਦ ਹੈ, ਬਹੁਤ ਬਹੁਤ ਧੰਨਵਾਦ ਹੈ ਸਾਰੇ ਜੀ। ਜਿੰਨਾ ਹੋਰ ਬੱਤੀਆਂ ਨੇ ਜਿੰਨਾ ਹੋਰ ਬੱਤੀਆਂ ਨੇ।